ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਗਿੱਪੀ ਗਰੇਵਾਲ, ਪੰਜਾਬੀ 뮤직 ਇੰਡਸਟਰੀ ਦਾ ਦੇਸੀ ਰੌਕ ਸਟਾਰ ਜਿਸਨੇ ਗਾਇਕੀ ਅਤੇ ਅਦਾਕਾਰੀ ਦੇ ਵਿੱਚ ਕਾਫੀ ਜ਼ਿਆਦਾ ਨਾਮ ਅਤੇ ਸ਼ੋਹਰਤ ਹਾਸਿਲ ਕੀਤੀ ਹੈ ਅਤੇ ਪੰਜਾਬੀ ਸਿਨੇਮਾ ਨੂੰ ਬੈਕ ਟੂ ਬੈਕ ਹਿੱਟ ਫਿਲਮਾਂ ਵੀ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਹੀ ਸੁਪਰ ਹਿੱਟ ਫਿਲਮ ਦਾ ਕੱਲ ਹੋਣ ਜਾ ਰਿਹਾ ਸੀਕੁਅਲ ਰਿਲੀਜ਼, ਜਿਸ ਦਾ ਟਾਈਟਲ ਹੈ ਮੰਜੇ ਬਿਸਤਰੇ 2, ਔਰ ਉਸ ਤੋਂ ਬਾਅਦ ਠੀਕ ਕਿਹਾ ਜਾ ਰਿਹਾ ਕਿ ਗਿੱਪੀ ਗਰੇਵਾਲ ਦੀ ਹੀ ਸੁਪਰ ਹਿੱਟ ਫਿਲਮ ਅਰਦਾਸ ਦਾ ਵੀ ਸੀਕੁਅਲ ਰਿਲੀਜ਼ ਕੀਤਾ ਜਾਏਗਾ, ਜਿਸ ਦਾ ਟਾਈਟਲ ਰੱਖਿਆ ਗਿਆ ਅਰਦਾਸ 2। ਪਰ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ, ਜਿਸ ਕਰਕੇ ਜਲੰਧਰ ਦੀ ਸਿੱਖ ਤਾਲਮੇਲ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਮੰਗ ਪੱਤਰ ਸੌਂਪਿਆ ਕਿ ਇਸ ਫਿਲਮ ਦਾ ਟਾਈਟਲ ਜੋ ਹੈ ਉਸ ਨੂੰ ਚੇਂਜ ਕੀਤਾ ਜਾਵੇ, ਅਤੇ ਜੇਕਰ ਉਹ ਚੇਂਜ ਨਹੀਂ ਹੋਇਆ ਤੇ ਗਿੱਪੀ ਗਰੇਵਾਲ ਦੀ ਸੁਪਰ ਹਿੱਟ ਫਿਲਮ ਅਰਦਾਸ ਦਾ ਸੀਕੁਅਲ ਬਿਲਕੁਲ ਵੀ ਰਿਲੀਜ਼ ਨਹੀਂ ਕਰਨ ਦਿੱਤਾ ਜਾਵੇਗਾ। ਸੋ ਦੇਖੋ ਦੈਨਿਕ ਸੂਰਿਆ ਟੀਵੀ ਦੀ ਇਹ ਖਾਸ ਰਿਪੋਰਟ। ਗਿੱਪੀ ਗਰੇਵਾਲ ਇੱਕ ਫਿਲਮ ਬਣਾ ਰਹੇ ਜੋ ਉਹਦਾ ਨਾਂ ਰੱਖਿਆ ਉਹਨੇ ਅਰਦਾਸ, ਜਦਕਿ ਸਾਰੇ ਸੰਸਾਰ ਚ ਸਾਹਿਬ ਸਾਰੇ ਪਾਸੇ ਅਰਦਾਸ ਇੱਕੋ ਹੀ ਸਾਡੀ। ਅਸੀਂ ਗਿੱਪੀ ਗਰੇਵਾਲ ਨੂੰ ਚੇਤਾਵਨੀ ਦਿੰਦੇ ਹਾਂ ਵੀ ਇਹਦਾ ਨਾਂ ਬਦਲ ਦੇਵੇ। ਅਰਦਾਸ 2, ਅਰਦਾਸ 3, 4 ਅਸੀਂ ਨਾਂ ਚੱਲਣ ਨਹੀਂ ਦਿਆਂਗੇ। ਗਿੱਪੀ ਗਰੇਵਾਲ ਪੰਜਾਬ ਦੇ ਨਾਮੀ ਗਾਇਕ, ਅਦਾਕਾਰ ਤੇ ਪ੍ਰੋਡਿਊਸਰ ਜੋ ਬੈਕ ਟੂ ਬੈਕ ਫਿਲਮਾਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਨੇ, ਪਰ ਗਿੱਪੀ ਦੀ ਇੱਕ ਫਿਲਮ ਆਉਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ 2016 ਦੇ ਵਿੱਚ ਫਿਲਮ ਅਰਦਾਸ ਦੀ ਕਾਮਯਾਬੀ ਨੂੰ ਵੇਖਦੇ ਹੋਏ ਹੁਣ ਉਸ ਦੇ ਸੀਕੁਅਲ ਵਜੋਂ ਅਰਦਾਸ 2 ਬਣਾਈ ਜਾ ਰਹੀ ਹੈ, ਪਰ ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਇਸ ਫਿਲਮ ਦੇ ਨਾਮ ਤੇ ਇਤਰਾਜ਼ ਜਤਾਇਆ। ਜਿਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਦੀ ਅਰਦਾਸ ਇੱਕ ਹੈ ਜੋ ਹਰ ਬਾਣੀ ਦੇ ਸੰਪੂਰਨ ਹੋਣ ਤੇ ਕੀਤੀ ਜਾਂਦੀ ਹੈ, ਅਜਿਹੇ ਵਿੱਚ ਉਸ ਦੇ ਪਿੱਛੇ 2 ਸ਼ਬਦ ਲਗਾਉਣਾ ਮਰਿਆਦਾ ਦੇ ਉਲਟ ਹੈ। ਇੱਥੇ ਨਹੀਂ, ਇਸ ਜਥੇਬੰਦੀ ਦੇ ਵੱਲੋਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ, ਤੇ ਇਸ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜੇਕਰ ਫਿਲਮ ਦਾ ਟਾਈਟਲ ਬਦਲਿਆ ਨਾ ਗਿਆ ਤਾਂ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਏਗੀ। ਗਿੱਪੀ ਗਰੇਵਾਲ ਦੀ ਨਵੀਂ ਫਿਲਮ ਅਰਦਾਸ 2, ਜਿਸ ਦਾ ਟਾਈਟਲ ਬੜਾ ਸਿੱਖ ਮਰਿਆਦਾ ਤੋਂ ਪਰੇ ਦੱਸਿਆ ਜਾ ਰਿਹਾ, ਅੱਜ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਮੈਮੋਰੈਂਡਮ ਵੀ ਦਿੱਤਾ ਗਿਆ ਹੈ। ਅੱਜ ਪ੍ਰਧਾਨ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਵੀ ਕਿਉਂ ਉਹਨਾਂ ਨੂੰ ਇਸ ਟਾਈਟਲ 'ਤੇ ਇਤਰਾਜ਼ ਹੈਗਾ। ਦੱਸੋ ਜੀ, ਤੁਹਾਨੂੰ ਇਸ ਟਾਈਟਲ 'ਤੇ ਕਿਉਂ ਇਤਰਾਜ਼ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਪੀ ਗਰੇਵਾਲ ਇੱਕ ਫਿਲਮ ਬਣਾ ਰਿਹਾ ਜੀ, ਉਹਦਾ ਨਾਂ ਰੱਖਿਆ ਉਹਨੇ ਅਰਦਾਸ 2, ਜਦਕਿ ਸਾਰੇ ਸੰਸਾਰ 'ਚ ਅਕਾਲ ਤਖਤ ਸਾਹਿਬ ਸਾਰੇ ਪਾਸੇ ਅਰਦਾਸ ਇੱਕੋ ਹੀ ਹੈ ਸਾਡੀ, ਸ਼ੁਰੂ ਤੋਂ ਲੈ ਕੇ ਹੁਣ ਤੱਕ। ਅਰਦਾਸ 2 ਕੱਲ੍ਹ ਨੂੰ, ਅਰਦਾਸ 3, 4 ਰੱਖ ਕੇ ਸਾਡੀ ਸਿੱਖ ਭਾਵਾਂ ਨੂੰ ਠੇਸ ਪਹੁੰਚਾ ਰਹੇ ਆ, ਸਿੱਖ ਪਰੰਪਰਾਵਾਂ ਨਾਲ ਠੇਸ ਛੇੜਖਾਨੀ ਹਰ ਪਾਸੇ ਹੋ ਰਹੀ ਹੈ। ਅਸੀਂ ਗਿੱਪੀ ਗਰੇਵਾਲ ਨੂੰ ਚੇਤਾਵਨੀ ਦਿੰਦੇ ਹਾਂ ਵੀ ਇਹਦਾ ਨਾਂ ਬਦਲ ਦੇਵੇ। ਅਸੀਂ ਪਹਿਲੇ ਅਰਦਾਸ ਸਾਹਿਬ 'ਤੇ ਬੇਨਤੀ ਕੀਤੀ ਅਕਾਲ ਤਖਤ ਸਾਹਿਬ 'ਤੇ ਵੀ ਇਹ ਕੀ ਐਕਸ਼ਨ ਲੈਂਦੇ, ਉਸ ਤੋਂ ਬਾਅਦ ਅਸੀਂ ਉਹਨੂੰ ਉਹਦਾ ਘਿਰਾਓ ਵੀ ਕਰਾਂਗੇ, ਨਾਅਰੇਬਾਜ਼ੀ ਵੀ ਕਰਾਂਗੇ, ਉਹਦੇ ਅਸੀਂ ਫਿਲਮ ਵੀ ਬੰਦ ਕਰਾਵਾਂਗੇ ਜੇ ਇਹਨਾਂ ਨੇ ਕੋਈ ਨਾ ਐਕਸ਼ਨ ਲਿਆ ਤੇ। ਅੱਛਾ ਜੀ, ਇਹ ਜਿਹੜਾ ਟਾਈਟਲ ਲਿਖਿਆ ਇਸ ਨਾਲ ਸਿੱਖ ਭਾਵਨਾ ਨੂੰ ਥੋੜ੍ਹਾ ਠੇਸ ਪਹੁੰਚਦੀ ਹੈ? ਹਾਂਜੀ, ਸਿੱਖ ਭਾਵਨਾ ਨੂੰ ਠੇਸ ਪਹੁੰਚਦੀ, ਕਿਉਂਕਿ ਅਰਦਾਸ ਸਾਡੀ ਸਾਰੇ ਸੰਸਾਰ 'ਚ ਇੱਕ ਅਰਦਾਸ ਹੈ, ਪ੍ਰਵਾਨ ਰਹਿਤ ਮਰਿਆਦਾ ਅਨੁਸਾਰ। ਇਹ ਅਰਦਾਸ 2, ਅਰਦਾਸ 3, 4 ਅਸੀਂ ਨਾਂ ਚੱਲਣ ਨਹੀਂ ਦਿਆਂਗੇ। ਅਰਦਾਸ ਇੱਕ ਅਰਦਾਸ ਨਾ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ, ਅਰਦਾਸ 1, 2, 3 ਨਾਂ ਨਹੀਂ ਪ੍ਰਵਾਨ ਕਰਾਂਗੇ। ਨਹੀਂ, ਕਿਸੇ ਵੀ ਹਾਲਤ ਵਿੱਚ ਇਸ ਫਿਲਮ ਨੂੰ ਫਿਲਮ ਨੂੰ ਚੱਲਣ ਨਹੀਂ ਚੱਲਣ ਦੇਵਾਂਗੇ। ਇਹ ਨਾਂ ਰੱਖਣ ਨਾਲ ਹੀ ਚੱਲਣ ਦਿੱਤਾ, ਹੋਰ ਕੋਈ ਨਾਂ ਰੱਖਣ ਚਲਾ ਲੈਣ, ਅਰਦਾਸ 2 ਨਾਂ ਰੱਖ ਕੇ ਨਹੀਂ ਚੱਲਣ ਦਿਆਂ। ਤਾਂ ਹੋ ਸਕਦਾ ਹੈ ਕਿ ਗਿੱਪੀ ਗਰੇਵਾਲ ਦੀਆਂ ਮੁਸ਼ਕਲਾਂ ਹੁਣ ਵੱਧ ਜਾਣ, ਕਿਉਂਕਿ ਜੇਕਰ ਉਹਨਾਂ ਨੇ ਫਿਲਮ ਦਾ ਟਾਈਟਲ ਨਾ ਬਦਲਿਆ ਤਾਂ ਫਿਲਮ ਦੀ ਰਿਲੀਜ਼ ਅੱਧ ਵਿਚਾਲੇ ਲਟਕ ਵੀ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਅਰਦਾਸ 2 ਦੀ ਸ਼ੂਟਿੰਗ ਵੀ ਗਿੱਪੀ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 7 ਸਮੁੰਦਰੋਂ ਪਾਰ ਚੱਲ ਰਹੀ ਹੈ।
ਪਰ ਇੱਥੇ ਪੰਜਾਬ ਦੇ ਵਿੱਚ ਇਸ ਫਿਲਮ ਦੀ ਰਿਲੀਜ਼ ਦੇ ਵਿੱਚ ਇੱਕ ਵੱਡਾ ਅੜਿੱਕਾ ਖੜਾ ਹੋ ਗਿਆ। ਅੰਮ੍ਰਿਤਸਰ ਤੋਂ ਸਿਕੰਦਰ ਪ੍ਰਸੀਜਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।